ਮਾਲੀ ਮਾਤਾ ਜੀ ਦਾ ਹੋਰ ਸਾਜੇ ਦਰਬਾਰ ਅਚਲ ਚਾਹੇ ਥੋੜਾ ਜਿਹਾ ਲੱਗ ਪੁੱਤ ਰਵੀ ਗੁਰਕਲੈਨ ਪਾਲ ਜੀ ਜਲੰਧਰ ਵਾਲੇ ਉਨਕੇ ਸਾਥ ਪੰਕਜ ਨਾਗਰੈਨ ਪਾਲ ਜੀ ਜਲੰਧਰ ਵਾਲੇ ਇੱਧਰ ਵੀ ਦੇਖੇ ਉਨਕਾ ਵੀ ਹਾਰਦਿਕ ਸਵਾਗਤ ਕੀਆ ਜਾਂਦਾ ਹੈ। ਰਵੀ ਜੀ ਜੋ ਹਰ ਸਾਲ ਮਈ ਮਹੀਨੇ ਮੇ ਮਾਂ ਜੀ ਕਾ ਗੁਣਗਾਨ ਕਰਨੇ ਕੇ ਲਈ ਆਤੇ ਹੈ ਉਨਕਾ ਬਹੁਤ ਬਹੁਤ ਧੰਨਵਾਦ ਰਵੀ ਜੀ ਕਾ। 500 ਰੁਪਿਆ ਸੁਭਾਸ਼ ਸੋਨੀ ਜੀ ਸੇਵਕ ਦੇਵੀ ਕਲਾ ਮੰਦਰ 100 ਰੁਪਿਆ ਰਮੇਸ਼ ਸ਼ਰਮਾ ਜੀ ਜਿਨਕੀ ਆਜ 30ਵੀਂ ਸ਼ਾਦੀ ਕੀ ਸਾਲਗਿਰਾ ਹੈ ਉਹਨੇ ਸ਼੍ਰੀ ਦੇਵੀ ਕਲਾ ਮੰਦਰ ਪ੍ਰਬੰਧਕ ਕਮੇਟੀ ਤਰਫ ਸੇ ਬਹੁਤ ਬਹੁਤ ਸ਼ੁਭਕਾਮਨਾ। 100 ਰੁਪਿਆ ਮਾਤਾ ਜੀ ਕੇ ਨਾਮ ਮੰਦਰ ਦੀ ਸੇਵਾ ਕੀਏ 100 ਰੁਪਿਆ ਛੋਟਾ ਬੱਚਾ ਮਾਤਾ ਜੀ ਕੇ ਨਾਮ 50 ਰੁਪਏ ਛੋਟੀ ਬੱਚੀ ਰੂਪ 50 ਰੁਪਏ ਛੋਟਾ ਬੱਚਾ ਔਰ ਮਾਤਾ ਜੀ ਕੇ ਨਾਮ ਲੈਣਾ ਪੈਸਾ ਕੋਈ ਬੱਚੇ ਆ ਦੇਖੋ ਛੋਟਾ ਬੱਚਾ ਕਿੱਦਾਂ ਫੋਨ ਚਲਾਉਂਦਾ ਮੇਰਾ ਖਿਆਲ ਜਦੋਂ ਨਾ ਕਿਤਾਬਾਂ ਪੜ੍ਹਨ ਦਾ ਟਾਈਮ ਆਉਣਾ ਉਦੋਂ ਉਹ ਕੰਮ ਔਖਾ ਕਰਨਾ ਇਹ ਕੰਮ ਬਹੁਤ ਸੌਖਾ ਕਿਉਂਕਿ ਮੈਂ ਤੁਹਾਨੂੰ ਗੱਲ ਦੱਸਦਾ ਮੈਂ ਬਹੁਤ ਖੂਬਸੂਰਤੀ ਦੇ ਨਾਲ ਇੱਕ ਫੋਨ 'ਤੇ ਗੱਲਬਾਤ ਕੀਤੀ ਉਹ ਮੇਰਾ ਉਹੀ ਨੰਬਰ ਸੀ ਯਾਰ ਮੇਰੇ ਘਰ ਵਿੱਚ ਦੋ ਪੋਤੀਆਂ ਹੈ ਉਹ ਦੇਤੀਆਂ ਰਹਿੰਦੀਆਂ ਫੋਨ ਦਾਦੀ ਦਾ ਪਿਆ ਜਾਂ ਦਾਦੇ ਦਾ ਉਹਨੇ ਚੱਕ ਕੇ ਸ਼ੀਤਲ ਬੋਰੀ ਨੂੰ ਫੋਨ ਬੁਲਾ ਦਿੱਤਾ ਸ਼ੀਤਲ ਬੋਰੀ ਮੈਨੂੰ ਕਹਿੰਦੇ ਕੀ ਗੱਲ ਹੈ ਇਸ ਵੇਲੇ ਫੋਨ ਲਗਾਇਆ ਤੁਸੀਂ ਮਾਸਟਰ ਜੀ ਉਹ ਮੈਂ ਕਿਹਾ ਤੁਹਾਡੀਆਂ ਪੋਤੀਆਂ ਖੇਡੀਆਂ ਪਈਆਂ ਤੁਹਾਡੇ ਨਾਲ ਗੱਲਬਾਤ ਵਿੱਚ ਉਹੀ ਫਟਣ ਲੱਗ ਗਿਆ ਇਸ ਵਾਸਤੇ ਬੱਚਿਆਂ ਨੂੰ ਘੱਟ ਫੋਨ ਦਿਓ ਕਿਉਂ ਅੱਖਾਂ 'ਤੇ ਬਹੁਤ ਜ਼ਿਆਦਾ ਅਸਰ ਪੈਂਦਾ ਹੈ ਮੈਂ ਉਹਨੇ ਤਾਂ ਫੋਨ ਚਲਾਇਆ ਨਹੀਂ ਨਾ ਮੈਨੂੰ ਪਤਾ ਹੈ ਕਿੱਥੋਂ ਜਾਣਾ ਕਿੱਥੋਂ ਬੰਦ ਹੁੰਦਾ ਆਓ ਜੀ ਰਾਜੀ ਸਾਹਿਬ ਆਪਣੇ ਦੇਵਾ ਮਾਨ ਜੀ ਦਾ ਸ਼ੀਰਵਾਦ
ਨਾਲ ਸਾਰੇ ਬੱਚਿਆਂ ਦੇ ਉਹਨਾਂ ਨੇ ਮੇਰੇ ਬਾਅਦ ਹਾਜ਼ਰੀ ਸ਼ੁਰੂ ਕਰਵਾਈ ਹੋਈ ਹੈ ਤੂੰ ਪੈਂਤੀ ਚਾਲੀ ਸਾਲ ਪਹਿਲਾਂ ਹਾਜ਼ਰੀ ਉਹਨਾਂ ਦੇ ਹੁਕਮ ਨਾਲ ਆਸ਼ੀਰਵਾਦ ਨਾਲ ਅੱਗੇ ਹਰ ਸਾਲ ਜੇ ਦਰਬਾਰ ਦੀ ਹਾਜ਼ਰੀ ਕਰਦੇ ਹਨ ਅਤੇ ਤਾਂ ਮਹਾਰਾਣੀ ਕਿਰਪਾ ਕਰੀ ਜਾਂਦੀ ਹੈ ਸਾਨੂੰ ਕਰਵਾਈ ਜਾਂਦੀ ਹੈ ਕਰਵਾਈ ਜਾਂਦੀ ਹੈ ਗਾਉਣ ਨੂੰ ਸਾਨੂੰ ਕੋਈ ਨਹੀਂ ਆਉਂਦਾ ਅਤੇ ਮਹਾਰਾਣੀ ਦੀ ਕਿਰਪਾ ਦਾ ਹੈ ਮੇਰੀ ਕਿਰਪਾ ਨਾਲ ਹਾਜ਼ਰੀ ਵੀ ਆ ਰਾਜੀ ਆ ਕੰਮ ਕਰੋ ਮੰਦਰਾਂ ਦੇ ਕੋਨਿਆਂ ਚ ਜੇ ਕੋਈ ਕੋਨਾ ਦਰਬਾਰ ਦੇ ਵਿੱਚ ਇੰਨੀ ਕੁ ਥਾਂ ਮਿਲ ਜਾਂਦਾ ਕਹਿੰਦੇ ਨੌ ਰੱਖਣ ਦੀ ਜਗ੍ਹਾ ਮਿਲ ਜਾਂਦਾ।